ਸੀ ਤੇਰੀ ਪਿੱਛੇ ਅਗਵਾ ਸੀ ਨੀਤ ਲੌਂਗ ਵੀ ਮੇਲਾ ਸੀ ਤੇਰੀ ਪਿੱਛੇ ਅਗਵਾ ਸੀ ਹਾਏ ਆਨਾ ਬਸ ਗਾਣੀ ਚੱਲਦੀ ਰਹਿਣ ਬੇਬੇ ਗਾਉਂਦੀ ਰਹੇ ਬੇਬੇ ਹੋਰ ਤਾਂ ਕੁਛ ਚਾਹੁੰਦੀ ਨਹੀਂ ਹੈ ਨਾ ਆਹ ਡੰਡਾ ਤਾਂ ਬੇਬੇ ਦਾ ਪਿਆਰ ਵਾਲਾ ਡੰਡਾ ਹੈਗਾ ਆ ਇਹ ਤੁਹਾਨੂੰ ਸਭ ਨੂੰ ਪਤਾ ਹੀ ਹੈਗਾ ਹੈ ਨਾ ਉਹ ਜੋ ਬੇਬੇ ਦੀ ਤਬੀਅਤ ਥੋੜ੍ਹੀ ਨਸਾਜ ਲੱਗੀ ਜਾਂਦੀ ਆ ਵੀ ਮੈਨੂੰ ਲੱਗਦਾ ਆ ਕਿ ਬੱਖੀਆਂ ਪੀੜ ਹੋ ਰਹੀਆਂ ਅੱਜ ਕੱਲ੍ਹ ਬੇਬੇ ਵੇਖ ਵੇਖ ਕੇ ਉਹ ਵੀਡੀਓ ਵੇਖ ਵੇਖ ਕੇ ਹੱਸੀ ਜਾਈਦਾ ਨਾ ਤਾਂ ਫਿਰ ਬੱਖੀਆਂ ਜ਼ਿਆਦਾ ਪੀੜ ਹੋ ਜਾਂਦੀਆਂ ਹੈਗੀਆਂ ਆ ਪਰ ਕੋਈ ਗੱਲ ਨਹੀਂ ਹੱਸ ਹੱਸ ਕੇ ਬੱਖੀਆਂ ਪੀੜ ਹੋਈਆਂ ਤੇ ਫਿਰ ਕਾਹਦੀਆਂ ਪੀੜ ਮੈਂ ਲੌਂਗ ਤੇ ਮਿਲੋ ਸੀ ਤੇਰੇ ਪਿੱਛੇ ਅਗਵਾ ਸੀ ਇਹ ਜਿੰਨਾ ਮਰਜ਼ੀ ਪਾਰ ਕਰ ਲਓ ਏ ਘਰ ਵਾਲਿਆਂ ਨੂੰ ਵੀ ਮਤਲਬ ਇੱਕ ਦਾ ਇੱਕੋ ਘਰ ਵਾਲਿਆਂ ਨੂੰ ਮਤਲਬ ਮੈਂ ਬਾਕੀ ਜਨਾਨੀਆਂ ਵੱਲੋਂ ਵੀ ਗੱਲ ਕਰ ਰਹੀ ਹਾਂ ਨਾ ਤੁਸੀਂ ਸਮਝਦੇ ਨਹੀਂ ਗੱਲ ਵੀ ਜਿੰਨਾ ਮਰਜ਼ੀ ਪਾਰ ਕਰ ਲਓ ਪਰ ਇਹ ਨਾ ਬਿਲਕੁਲ ਰੋਮਾਂਟਿਕ ਹੋ ਕੇ ਰਾਜ਼ੀ ਨਹੀਂ ਹੁੰਦੇ ਵੀ ਜਮਾ ਨਹੀਂ ਹੁੰਦੇ ਹੁਣ ਮੈਂ ਰੁੱਸੀ ਹੋਈ ਹਾਂ ਸਵੇਰ ਦੀ ਹੈ ਨਾ ਮੈਨੂੰ ਕੋਈ ਮਨਾ ਹੀ ਨਹੀਂ ਰਿਹਾ ਮੈਨੂੰ ਕੋਈ ਇੱਦਾਂ ਕਹਿੰਦੇ ਓਜ਼ ਪੀਓ ਤੂੰ ਹੀ ਪਾਰ ਦੂੰ ਨਾਲ ਥੋੜ੍ਹੀ ਬਰਫੀ ਨਾਲ ਛੁਹਾਰੇ ਖਵਾ ਦੂੰ ਇੱਦਾਂ ਜੇ ਕੋਈ ਕਵੇ ਤਾਂ ਫਿਰ ਗੱਲ ਸਾਰੀ ਬਣ ਨਾ ਜਾਏ ਪਰ ਇੱਥੇ ਗੱਲ ਬਣਨ ਹੀ ਨਹੀਂ ਦੇਣੀ ਹੈਗੀ ਜਮਾਂ ਨਹੀਂ ਬਣਨ ਦੇਣੀ ਬੈਠੀ ਆ ਬੁੜੀ ਇੱਦਾਂ ਹੀ ਮੂੰਹ ਸੁਜਾ ਕੇ ਅਤੇ ਇੱਦਾਂ ਹੀ ਮੂੰਹ ਸੁਜਾ ਕੇ ਬੈਠੀ ਰਹੇ ਸਾਨੂੰ ਕੀ ਆਪਾਂ ਤਾਂ ਲੱਗੇ ਆਪਣੀਆਂ ਫਾਰੀਆਂ ਪੜ੍ਹਨ ਲਈ ਫਿਰ ਕਜਲ ਕੋਈ ਗੱਲ ਨਹੀਂ ਵੀ ਆਪਾਂ ਵੀ ਆਪਣਾ ਵੀ ਜਿਹੜਾ ਦਿਨ ਆਏਗਾ ਵੈਸੇ ਜੇ ਇਹ ਰੂਸੀ ਨੂੰ ਮਨਾਉਣ ਵਾਲੀ ਗੱਲ ਆਵੇ ਤਾਂ ਮੈਨੂੰ ਖਬਰ ਵੀ ਮੈਨੂੰ ਲੱਗਦਾ ਕਿ ਇਸੇ ਨਾਲ ਤਾਲੁਕ ਰੱਖਦੀ ਹੋਈ ਖਬਰ ਹੈਗੀ ਆ ਤੁਹਾਨੂੰ ਪਤਾ ਆ ਕਿ ਹੁਣ ਅਕਾਲੀ ਦਲ 'ਚ ਕਿੰਨਾ ਕੁਛ ਹੋ ਰਿਹਾ ਹੈ ਨਾ ਵੀ ਵੱਡੇ ਵੱਡੇ ਲੀਡਰ ਵੱਡੇ ਵੱਡੇ ਨੇਤਾ ਸਾਬਕਾ ਮੰਤਰੀ ਜਿਹੜੇ ਨੇ ਉਹ ਹੀ ਛੱਡ ਕੇ ਜਾਈ ਜਾ ਰਹੇ ਨੇ ਅਕਾਲੀ ਦਲ ਨੂੰ ਵੀ ਇੰਨਾ ਕੁਛ ਹੋ ਰਿਹਾ ਅਕਾਲੀ ਦਲ ਦੇ ਵਿੱਚ ਅਤੇ ਨਾਰਾਜ਼ਗੀਆਂ ਜਿਹੜੀਆਂ ਨੇ ਉਹਦੇ ਭਾਂਬੜ ਬਲੀ ਜਾਂਦੇ ਨੇ ਜੇ ਵਿੱਚ ਨਾਰਾਜ਼ ਚੱਲ ਚੁੱਕੇ ਅਸਤੀਫਾ ਦੇ ਚੁੱਕੇ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਮਾਨਸਾ ਪਹੁੰਚੇ ਅਤੇ ਉੱਥੇ ਜਿਹੜੇ ਵੀ ਸਾਬਕਾ ਪ੍ਰਧਾਨ ਹੋਰ ਵੀ ਵੱਡੇ ਵੱਡੇ ਛੋਟੇ ਜਿੰਨੇ ਵੀ ਆਗੂ ਸੀ ਵੀ ਉਹਨਾਂ ਨਾਲ ਮੀਟਿੰਗ ਕੀਤੀ ਉਹ ਵੀ ਨਾ ਕਮਰਾ ਬੰਦ ਕਰ ਲਿਆ ਜਮਾਂ ਸੀਕਰਟ ਮੀਟਿੰਗ ਕੀਤੀ ਆ ਫਿਰ ਕੀ ਉਹ ਚਾਹੁੰਦੇ ਆ ਕਿ ਬਈ ਉਹ ਪਾਲਾ ਬਦਲ ਲੈਣ ਜਿਵੇਂ ਉਹਨਾਂ ਨੇ ਬਦਲਿਆ ਆਉਣਾ ਸਿਆਸਤ ਆ ਇਸ 'ਚ ਨਾ ਕੁਛ ਵੀ ਹੋ ਸਕਦਾ ਵੈਸੇ ਆ ਵੇਖੋ ਆ ਹੋਇਆ ਪਟੱਕ ਦੇਣੀ ਦਾ ਦਰਵਾਜ਼ਾ ਬੰਦ ਵੀ ਸੁਣਿਆ ਸੀਕਰਟ ਮੀਟਿੰਗ ਹੋਈ ਆ ਆਹੋ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲ ਵਿੱਚ ਸ਼ਾਮਲ ਹੋਏ ਸਾਬਕਾ ਵਿੱਤ ਮੰਤਰੀ ਅਤੇ ਵਿਧਾਨ ਸਭਾ ਵਿੱਚ ਅਕਾਲੀ ਦਲ ਵਿਧਾਇਕ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਮਾਨਸਾ ਦਾ ਦੌਰਾ ਕੀਤਾ ਅਤੇ ਉੱਥੇ ਜਿਹੜੇ ਮਿਊਜ਼ ਜੇ ਸੈਡ ਜੇ ਹੋ ਕੇ ਬੈਠੇ ਸੀ ਨਾ ਪਾਰਟੀ ਨੇਤਾ ਵੀ ਉਹਨਾਂ ਨਾਲ ਨਾ ਮੁਲਾਕਾਤ ਕੀਤੀ ਆ ਵੀ ਅੰਦਰ ਕੀ ਹੋਇਆ ਕਮਰੇ ਦੇ ਇਹ ਤਾਂ ਨਹੀਂ ਪਤਾ ਪਰ ਉਹਨਾਂ ਨੇ ਨਾ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਹੋਇਆ ਵੀ ਇੰਨਾ ਜ਼ਰੂਰ ਕਿਹਾ ਜਿਹੜੀ ਬੇਬੇ ਨੂੰ ਖਬਰ ਮਿਲੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਮਦਰਦ ਵੀ ਜਿਨ੍ਹਾਂ ਨੇ ਪਾਰਟੀ ਦੇ ਲਈ ਖਾਸਾ ਕੰਮ ਕੀਤਾ ਨਾ ਉਹ ਮਿਊਸ ਹੋ ਕੇ ਘਰਾਂ 'ਚ ਬੈਠੇ ਸਨ ਅਤੇ ਉਹਨਾਂ ਨੂੰ ਨਾ ਫਿਰ ਮੈਂ ਹੁਣ ਆ ਕੇ ਮਿਲਿਆ ਆ ਵੀ ਇਹ ਜ਼ਰੂਰੀ ਹੀ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਉਹਨਾਂ ਦਾ ਪੋਲੀਟੀਕਲ ਜਿਹੜਾ ਕੈਰੀਅਰ ਹੈਗਾ ਆ ਉਹ ਖਤਮ ਹੋ ਗਿਆ ਆ ਉਹਨਾਂ ਨੇ ਕਿਹਾ ਵੀ ਆਪਣਾ ਮਿਸ਼ਨ ਲੈ ਕੇ ਚੱਲੋ ਅਤੇ ਸਭ ਵਧੀਆ ਹੋਏਗਾ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਸਾਡੇ ਖਿਲਾਫ਼ ਨਿਸ਼ਾਨੇ ਸਾਧੇ ਜਾਂਦੇ ਆ ਵੀ ਸਾਨੂੰ ਉਹਨਾਂ ਕੋਈ ਫਰਕ ਨਹੀਂ ਹੈਗਾ ਅਤੇ ਸਾਡਾ ਜਿਹੜਾ ਫੋਕਸ ਆ ਨਾ ਉਹ ਹੈਗਾ ਆ ਪੰਥਕ ਸੋਚ ਵਿਚਾਰਧਾਰਾ ਅਤੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਵਧੀਆ ਕੰਮ ਕਰਨੇ ਹੈਗੇ ਆ ਹੁਣ ਅੱਜ ਜਥਾ ਹਰਬੰਸ ਸਿੰਘ ਜੀ ਐਕਸ ਐਮ ਐਲ ਏ ਸਾਹਿਬ ਉਹਨਾਂ ਦੇ ਵੀ ਮੈਂ ਗਿਆ ਸੀ ਬਰਨਾਲੀ ਜੀ ਗੁਰਪ੍ਰੀਤ ਸਿੰਘ ਜੀ ਸਾਡੇ ਔਲਖ ਸਾਹਿਬ ਐਮ ਐਲ ਏ ਰਹੇ ਨੇ ਉਹਨਾਂ ਦੇ ਵੀ ਜਾਣਾ ਹੈ ਹੋਰ ਵੀ ਜਿਹੜਾ ਸੱਜਣਾਂ ਨੂੰ ਸਾਰਿਆਂ ਨੂੰ ਅਸੀਂ ਮਿਲਾਂਗੇ ਅਤੇ ਸਾਰਿਆਂ ਨੂੰ ਜਿਹੜਾ ਸਾਡਾ ਇੱਕੋ ਹੀ ਮਨਸ਼ਾ ਹੈ ਵੀ ਇੱਕ ਪਲੇਟਫਾਰਮ 'ਤੇ ਇਕੱਠੇ ਕਰਕੇ ਪਾਰਟੀ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਹਿੱਤਾਂ ਦੀ ਗੱਲ ਕਰੀਏ ਇਹ ਜਿਹੜਾ ਸਾਡਾ ਮੁੱਖ ਨਿਸ਼ਾਨਾ ਅਤੇ ਦੇਖੋ ਗੱਲ ਇਹ ਹੈ ਵੀ ਜੋ ਕੁਛ ਘਟਨਾਵਾਂ ਹੋਈਆਂ ਪਿੱਛੇ ਉਹਦੇ ਨਾਲ ਸਾਰੇ ਹੀ ਵਰਕਰਾਂ ਦੇ ਵਿੱਚ ਕਿਤੇ ਨਾ ਕਿਤੇ ਮਿਊਸੀ ਹੈ ਸੋ ਉਹ ਸਾਰਿਆਂ ਨੇ ਜਿਹੜਾ ਸਾਨੂੰ ਭਰੋਸਾ ਦਵਾਇਆ ਵੀ ਜਿਹੜਾ ਮਿਸ਼ਨ ਤੁਸੀਂ ਲੈ ਕੇ ਚੱਲੇ ਹੋ ਉਹਦੇ 'ਤੇ ਤੁਸੀਂ ਚਲੋ ਅਸੀਂ ਤੁਹਾਡੇ ਨਾਲ ਹਾਂ ਅਤੇ ਮੈਂ ਵੀ ਦੇਖੋ ਸਾਰਿਆਂ ਨੂੰ ਇੱਕੋ ਹੀ ਗੱਲ ਦਾ ਵਿਸ਼ਵਾਸ ਦਵਾਇਆ ਵੀ ਅਸੀਂ ਬਿਲਕੁਲ ਵੀ ਜਿਹੜੀ ਗੱਲ ਨੂੰ ਲੈ ਕੇ ਚੱਲੇ ਹਾਂ ਉਹ ਤੋਂ ਬਿਲਕੁਲ ਇੱਕ ਜਿਹੜਾ ਰੱਤੀ ਭਰ ਵੀ ਪਿੱਛੇ ਨਹੀਂ ਹਟਾਂਗੇ ਚਾਹੇ ਸਾਨੂੰ ਵੱਡੀ ਤੋਂ ਵੱਡੀ ਜਿਹੜੀ ਹੈ ਜਿਹੜੀ ਕੁਰਬਾਨੀ ਕਰਨੀ ਪੈ ਜੇ ਅਸੀਂ ਜਿਹੜਾ ਹੈ ਆਪਦਾ ਜੋ ਨਿਸ਼ਾਨਾ ਹੈ ਉਹਦੇ ਵਾਸਤੇ ਪੂਰੇ ਦ੍ਰਿੜਤਾ ਨਾਲ ਕੰਮ ਕਰਾਂਗੇ ਸਾਡਾ ਨਿਸ਼ਾਨਾ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹੈ
ਜੋ ਕੁਛ ਸਾਡੇ ਖਿਲਾਫ਼ ਬੋਲਦੇ ਹੈ, ਜੋ ਕੁਛ ਕਹਿੰਦੇ ਬੋਲੀ ਜਾਣ, ਸਾਨੂੰ ਉਹਦੇ ਕੋਈ ਫਰਕ ਨਹੀਂ। ਅਸੀਂ ਤਾਂ ਸਿਰਫ਼ ਜਿਵੇਂ ਕਹਿੰਦੇ ਨਾ, ਸਾਨੂੰ ਤਾਂ ਜਿਹੜਾ ਸਾਡਾ ਨਿਸ਼ਾਨਾ ਉਹ ਦਿਖ ਰਿਹਾ, ਅਸੀਂ ਉਸ ਨਿਸ਼ਾਨੇ 'ਤੇ ਚੱਲਣਾ। ਉਹ ਨਿਸ਼ਾਨਾ ਹੈ ਜੋ ਇੱਕ ਪੰਥਕ ਸੋਚ ਵਿਚਾਰਧਾਰਾ ਅਤੇ ਜਿਹੜੀ ਪੰਥ ਪ੍ਰਸਤੀ ਦੀ ਸੋਚ, ਪੰਜਾਬ ਪ੍ਰਸਤੀ ਦੀ ਸੋਚ ਹੈ ਜਿਹੜੀ, ਉਹਨੂੰ ਜਿਹੜਾ ਅਸੀਂ ਪ੍ਰਣਾ ਕੇ ਕੰਮ ਕਰਨਾ। ਬਾਈ ਇੱਕ ਗੱਲ ਸਮਝ ਲਓ, ਪਾਰਟੀ ਕੋਈ ਵੀ ਹੋਵੇ, ਵੀ ਜੇ ਪੰਜਾਬ ਦੀ ਜਨਤਾ ਨਾਲ ਤੁਸੀਂ ਚੰਗਾ ਕਰੋਗੇ ਨਾ, ਵੀ ਸਾਰਾ ਕੰਮ ਕੁੰਮ ਕਰੋਗੇ, ਤਾਂ ਫਿਰ ਪੰਜਾਬ ਦੀ ਜਨਤਾ ਬਾਦਲ ਨੂੰ ਵੀ ਸਵੀਕਾਰ ਲੈਂਦੀ ਆ। ਇੱਦਾਂ ਦੀ ਕੋਈ ਗੱਲ ਨਹੀਂ ਕਿ ਕੋਈ ਨਵੀਂ ਪਾਰਟੀ ਹੋਵੇ ਅਤੇ ਸਵੀਕਾਰੇ ਨਾ, ਜੇ ਜਿਹੜਾ ਵਧੀਆ ਕੰਮ ਕਰੇਗਾ ਪੰਜਾਬ ਦੀ ਜਨਤਾ ਉਹਦੇ ਨਾਲ ਹੋਊਗੀ। ਵੀ ਮਾਨਸਾ ਤੋਂ ਨਾ ਇਹ ਹੈਗੀ ਆ ਜਗਦੀਸ਼ ਬਾਂਸਲ ਭਾਈ ਦੀ ਰਿਪੋਰਟ। ਅਬ ਹਮ ਬਾਤ ਕਰੇਂਗੇ ਤਕੂ ਮਾਤਾਨੀ ਕੀ। ਹੁਣ ਤੁਸੀਂ ਕਹੋਗੇ ਬੇਬੇ ਨੂੰ ਪਤਾ ਨਹੀਂ ਕੀ ਹੋ ਗਿਆ, ਆਹ ਕੀ ਹੁੰਦਾ ਤਕੂ ਮਾਤਾਨੀ? ਉਹ ਬਾਈ ਉਹਦਾ ਨਾਂ ਆ ਤਕੂ ਮਾਤਾਨੀ, ਹੈ ਨਾ। ਉਹ ਜਿਹੜਾ ਤਾਨੀ ਆ ਨਾ, ਉਹ ਕੁੜੀ ਆ ਕੇ ਮੁੰਡਾ ਆ, ਤੁਸੀਂ ਵੇਖੋਗੇ ਨਾ ਹੈਰਾਨ ਹੋ ਜਾਓਗੇ। ਵੀ ਉਮਰ 43 ਹੈ ਨਾ, ਹਰਕਤਾਂ ਜਿਵੇਂ ਬੇਬੇ ਲੱਗਦੀ ਆ, ਵੀ ਛੋਟੀ ਜਿਹੀ ਜਿਵੇਂ 16 ਸਾਲ ਦੀ ਕੁੜੀ ਹੁੰਦੀ ਆ ਕੋਈ। ਹਾਏ ਮੈਨੂੰ ਛੰਮੀ ਆ ਗਈ ਆ, ਉਹ ਕੋਈ ਨਹੀਂ ਕੋਈ ਨਹੀਂ। ਅਤੇ ਫਿਰ ਬਈ ਫੋਟੋ ਦੇਖੋਗੇ ਹੈਰਾਨ ਹੋ ਜਾਓਗੇ, ਵੀ ਆਪਣੇ ਆਪ ਦੀ ਇੰਨੀ ਮੇਨਟੇਨੈਂਸ ਕਰਕੇ ਰੱਖੀ ਆ, ਵੀ 43 ਸਾਲ ਦਾ ਮੁੰਡਾ ਨਹੀਂ ਬੰਦਾ, ਵੀ ਜਿਹੜਾ ਪਿਓ ਵੀ ਹੋਵੇ, ਜਿਹਦੇ ਬੱਚੇ ਵੀ ਹੋਣ, ਅਤੇ ਉਹ ਇੱਕ ਕੰਮ ਸਿੰਜੀ ਕੁੜੀ ਦੇ ਅਵਤਾਰ ਵਿੱਚ ਆਏ। ਵੀ ਮੇਕਅਪ ਨਾ ਵੱਡੀ ਚੀਜ਼ ਆ, ਆਹ ਮੇਰੀ ਕਪਤੀ ਦਰਾਣੀ ਆ ਜਿਹੜੀ, ਆਹਨੂੰ ਕਿਤੇ ਕਿਸੇ ਦਿਨ ਕਿ ਜੇ ਕਿਤੇ ਮੇਕਅਪ ਤੋਂ ਬਿਨਾਂ ਕਿਸੇ ਨੇ ਵੇਖ ਲਿਆ ਨਾ, ਬੇਬੇ ਲਿਖ ਕੇ ਦੇਣ ਨੂੰ ਤਿਆਰ ਆ ਕਿ ਪਿੰਡ ਅੱਧਾ ਭੱਜ ਜੂ ਅਤੇ ਦੂਜੇ ਪਿੰਡ 'ਚ ਸਿਫਟ ਕਰ ਜੂ। ਕਿਉਂਕਿ ਇਹ ਜਿਹੜੀ ਕਪੱਤੀ ਦਰਾਣੀ ਆ ਨਾ, ਇਹ ਮੇਕਅਪ ਦੇ ਰੰਗ 'ਤੇ ਵਿਖਾ ਦਿੰਦੀ ਆ, ਪਰ ਮੇਕਅਪ ਦੇ ਬਿਨਾਂ ਰੰਗ ਬਸ ਜਾ ਅਤੇ ਉਹਦੇ ਘਰ ਵਾਲੇ ਨੇ ਦੇਖਿਆ ਆ, ਅਤੇ ਜਾ ਬੇਬੇ ਨੇ ਵੇਖਿਆ ਆ। ਉਹਦਾ ਘਰ ਵਾਲਾ ਤਾਂ ਹੀ ਅੱਜ ਕੱਲ੍ਹ ਜਿਹੜਾ ਇੱਧਰ ਉੱਧਰ ਵੇਖਦਾ ਰਹਿੰਦਾ, ਉਹਦੀ ਨਜ਼ਰਾਂ ਬਾਹਲੀਆਂ ਘੁੰਮਦੀਆਂ ਹੈਗੀਆਂ, ਕਿਉਂਕਿ ਉਹਨੇ ਮੇਕਅਪ ਤੋਂ ਬਿਨਾਂ ਇਹਨੂੰ ਵੇਖ ਲਿਆ, ਹੁਣ ਉਹਦਾ ਜੀ ਕਰਦਾ ਵੀ ਉਹ ਇਹਨੂੰ ਨਾ ਹੀ ਵੇਖੇ। ਅਤੇ ਫਿਰ ਜਦ ਬੇਬੇ ਨੇ ਵੇਖਿਆ ਸੀ, ਬੇਬੇ ਨੇ ਕਿਹਾ ਸੀ ਹਾਏ ਰੱਬਾ, ਇਹਦਾ ਬੇਬੀ ਦੀ ਆਵਾਜ਼ ਨਿਕਲੀ ਸੀ। ਪਰ ਇੰਨੇ ਮੇਕਅਪ ਕਰਕੇ ਜੋ ਤਾਨੀ ਨੇ ਵੀ ਜਿੱਦਾਂ ਮੇਕਅਪ ਕੀਤਾ ਹੈ, ਤੁਸੀਂ ਤੁਹਾਨੂੰ ਲੱਗੇਗਾ ਵੀ ਜਿਵੇਂ ਕੋਈ ਗੁੱਡੀ ਆ, ਗੁੱਡੀਆਂ ਪਟੋਲੇ ਵਾਲੀ ਗੁੱਡੀ ਆ। ਵੇਖੋ ਵੀ ਅੱਜ ਦੇ ਸਮੇਂ ਵਿੱਚ ਨਾ ਮੇਕਅਪ ਜੋ ਕਮਾਲ ਕਰਦਾ ਹੈ ਨਾ, ਉਹ ਸਾਈ ਦੀ ਕੋਈ ਕਰ ਸਕਦਾ ਹੋਏਗਾ। ਹੁਣ ਬੇਬੇ ਦਾ ਇੱਦਾਂ ਬਿਊਟੀਫੁੱਲ ਹੈ, ਹਰ ਕੋਈ ਥੋੜ੍ਹੀ ਹੁੰਦਾ। ਮੇਕਅਪ ਨਾਲ 90 ਸਾਲ ਦੀ ਬੁੱਢੀ ਵੀ ਜ਼ਬਾਨ ਹੋ ਜਾਂਦੀ ਹੈ। ਇਸ ਮਾਮਲੇ ਵਿੱਚ ਵੀ ਕੁਛ ਅਜਿਹਾ ਹੀ ਹੈ। ਇਸ ਕੂਟ ਜੀ ਲੱਗਣ ਵਾਲੀ ਜ਼ਬਾਨੀ ਸਕੂਲ ਗਰਲ ਨੂੰ ਤੁਸੀਂ ਵੇਖ ਰਹੇ ਹੋ ਨਾ, ਅਸਲ ਵਿੱਚ ਇਹ ਕੋਈ ਕੁੜੀ ਨਹੀਂ ਹੈ, ਬਲਕਿ 43 ਸਾਲ ਦਾ ਇੱਕ ਮਰਦ ਆ, ਮਰਦ ਜੋ ਵਿਆਹਿਆ ਹੋਇਆ ਅਤੇ ਉਹਦੇ ਬੱਚੇ ਵੀ ਨੇ। ਇਹ ਸ਼ਖਸ ਦਾ ਨਾਂ ਹੈ ਤਾਕੂਮਾ ਤਾਨੀ। ਸਕੂਲ ਗਰਲ ਦੇ ਰੂਪ ਵਿੱਚ ਨਜ਼ਰ ਆਉਂਦੇ ਨੇ। ਦਰਅਸਲ ਤਾਕੂਮਾ ਜਦੋਂ ਸਕੂਲ ਵਿੱਚ ਸਨ, ਉਦੋਂ ਤੋਂ ਸੰਗੀਤ ਨਾਲ ਕਾਫੀ ਲਗਾਅ ਸੀ, ਹੈ ਨਾ। ਫਿਰ ਜਦੋਂ 28 ਸਾਲ ਦੇ ਹੋਏ ਤਾਂ ਇੱਕ ਜ਼ਬਾਨੀ ਰਾਗ ਗਰੁੱਪ ਵਿੱਚ ਸ਼ਾਮਲ ਹੋ ਗਏ ਅਤੇ ਸੰਗੀਤ ਵਿੱਚ ਹੀ ਆਪਣਾ ਕਰੀਅਰ ਬਣਾਉਣਾ ਸ਼ੁਰੂ ਕਰ ਦਿੱਤਾ। ਵਧੀਆ ਗੱਲ ਆ ਬਾਈ। ਇਸ ਦਰਮਿਆਨ ਜਦੋਂ ਉਹਨਾਂ ਦੀ ਉਮਰ 37 ਹੋਈ, ਤਾਂ ਉਹਨਾਂ ਨੇ ਇੱਕ ਵਾਰ ਸੋਚਿਆ ਕਿ ਕਿਉਂ ਨਾ ਸਕੂਲ ਗਰਲ ਦਾ ਰੂਪ ਧਾਰਿਆ ਜਾਏ। ਫਿਰ ਕੀ, ਇਹ ਰੂਪ ਤਾਕੂਮਾ ਨੂੰ ਇੰਨਾ ਪਸੰਦ ਆਇਆ ਕਿ ਹੁਣ ਇਸੇ ਰੂਪ ਵਿੱਚ ਹੀ ਹੋ ਕੇ ਰਹਿ ਗਏ ਨੇ। ਤਾਕੂਮਾ ਦਾ ਰੰਗ ਰੂਪ ਹੀ ਅਜਿਹਾ ਹੈ ਕਿ ਉਹ ਕੁੜੀਆਂ ਦੇ ਕੱਪੜੇ ਪਾ ਲੈਂਦੇ ਨੇ, ਤਾਂ ਕੋਈ ਵੀ ਉਹਨਾਂ ਨੂੰ ਵੇਖ ਕੇ ਧੋਖਾ ਖਾ ਸਕਦਾ। ਧੋਖਾ! 162 ਸੈਂਟੀਮੀਟਰ ਲੰਮੇ ਅਤੇ 47 ਕਿਲੋ ਵਜ਼ਨੀ ਤਾਕੂਮਾ ਨੂੰ ਕੁੜੀ ਬਣਨ ਦੇ ਲਈ ਢੇਰ ਸਾਰਾ ਮੇਕਅਪ ਕਰਨਾ ਪੈਂਦਾ ਹੈ। ਹਾਲਾਂਕਿ ਇਹ ਹੁਣੇ ਉਹਨਾਂ ਦੇ ਲਈ ਰੋਜ਼ ਦੀ ਗੱਲ ਹੋ ਗਈ ਹੈ ਅਤੇ ਉਹਨਾਂ ਨੂੰ ਇਹ ਸੌਖਾ ਵੀ ਲੱਗਦਾ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਤਾਕੂਮਾ ਜਪਾਨ ਦੇ ਇੱਕ ਟੀਵੀ ਸ਼ੋਅ ਵਿੱਚ ਕ੍ਰਾਸ ਡਰੈਸਿੰਗ ਚੈਂਪੀਅਨਸ਼ਿਪ ਦੇ ਵਿਜੇਤਾ ਵੀ ਰਹਿ ਚੁੱਕੇ ਨੇ। ਸਿੰਗਰ ਹੋਣ ਦੇ ਨਾਲ ਨਾਲ ਨਾ ਤਾਕੂਮਾ ਇੱਕ ਸਫਲ ਉੱਦਮੀ ਵੀ ਨੇ। ਉਹਨਾਂ ਨੇ ਮਹਿਲਾਵਾਂ ਦੇ ਕੱਪੜਿਆਂ ਦਾ ਇੱਕ ਬ੍ਰਾਂਡ ਵੀ ਲਾਂਚ ਕੀਤਾ ਹੈ। ਇਸ ਦੇ ਇਲਾਵਾ ਕੁੜੀਆਂ ਦੇ ਕੱਪੜਿਆਂ ਦੇ ਲਈ ਮਾਡਲਿੰਗ ਵੀ ਕਰਦੇ ਨੇ। ਸਾਲ 2016 ਵਿੱਚ ਹੀ ਤਾਕੂਮਾ ਇੱਕ ਧੀ ਦੇ ਪਿਓ ਬਣੇ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਵੀ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਦੀ ਗੋਦੀ ਵਿੱਚ ਧੀ ਸੀ। ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਸੀ, ਮੈਂ ਇੱਕ ਪਿਤਾ ਹਾਂ। ਤਾਕੂਮਾ ਨੂੰ ਸੋਸ਼ਲ ਮੀਡੀਆ 'ਤੇ ਨਾ ਲੋਕ ਬਾਹਲਾ ਪਸੰਦ ਕਰਦੇ ਆ। ਬੁਰ ਰਿਪੋਰਟ। ਜਿਵੇਂ ਸਪੋਜ ਕਰੋ, ਸਪੋਜ ਕਿ ਜਿਵੇਂ ਕੋਈ ਗਾਣਾ ਗਾ ਰਹੀ ਹੂੰ ਮੈਂ ਜਿਵੇਂ ਜ਼ਿੰਦਗੀ
ਅਗੋ ਕੁੱਤਾ ਕਵੇ ਬਾਊ 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 ਬਾਊ, ਜੇ ਏਦਾਂ ਕੁਛ ਹੋਵੇ ਬਈ ਕੁੱਤਾ ਤਾਲ ਨਾਲ ਤਾਲ ਮਿਲਾ ਰਿਹਾ ਹੈ ਦੱਸੋ, ਕੁੱਤਾ ਸੁਰ ਨਾਲ ਸੁਰ ਮਿਲਾ ਰਿਹਾ ਦੱਸੋ। ਉਹ ਬਈ ਡਾਗੀ ਮੈਨੂੰ ਤਾਂ ਬਹੁਤ ਪਸੰਦ ਹੈ ਵੈਸੇ ਨਾ, ਮੈਨੂੰ ਪੈਟਸ ਆਏ ਲਵ ਪੈਟਸ, ਬੇਬੇ ਲਵ ਪੈਟਸ, ਬੇਬੇ ਨੂੰ ਪੈਟਸ ਤਾਂ ਇੰਨੇ ਪਸੰਦ ਨੇ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ, ਹੈ ਨਾ। ਅਤੇ ਆਹ ਜਿਹੜਾ ਡੋਗੀ ਆ ਨਾ, ਆ ਬਾਊ 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 ਦੇ ਆਪਣੇ ਨਾ ਜਿਹੜੀਆਂ ਤਾਨਾਂ ਖਿੱਚ ਰਿਹਾ ਨਾ, ਤੁਸੀਂ ਆਪੇ ਵੇਖੋ ਮੈਂ ਸੂਰ ਥੋੜ੍ਹੀ ਬੋਲਦੀ ਹਾਂ। ਆ ਵੇਖੋ ਜੀ ਕਿੱਦਾਂ ਸੂਰ ਨਾਲ ਸੂਰ ਮਿਲ ਰਿਹਾ। ਵੀ ਇਨਸਾਨ ਦੀ ਨਕਲ ਕਰਦੇ ਹੋਏ ਨਾ ਤੁਸੀਂ ਕਈ ਜਾਨਵਰਾਂ ਨੂੰ ਵੇਖਿਆ ਹੋਏਗਾ, ਵੀ ਤੋਤਾ, ਡਾਲਫਿਨ, ਕੁੱਤੇ, ਬਿੱਲੀ ਸਭ ਇਨਸਾਨੀ ਹਰਕਤਾਂ ਦੀ ਨਕਲ ਕਰਦੇ ਆ। ਪਰ ਇਹਨੇ ਕੁੱਤੇ ਦਾ ਵੀਡੀਓ ਤੇਜ਼ ਵਾਇਰਲ ਹੋ ਰਿਹਾ, ਵੀ ਵੀਡੀਓ ਵਿੱਚ ਕੁੱਤੇ ਦੇ ਨਾਲ ਇੱਕ ਆਦਮੀ ਕਾਲੀ ਜੈਕਟ ਵਿੱਚ ਬੈਠੇ ਹੋਏ ਨਜ਼ਰ ਆ ਰਿਹਾ ਹੈ ਅਤੇ ਹਰਮੋਨੀਅਮ ਦੇ ਨਾਲ ਬਾਲੀਵੁੱਡ ਸੰਗ ਤੇਰੇ ਬਿਨ ਗਾਉਂਦਾ ਹੋਇਆ ਦੇਖ ਰਿਹਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਦੀ ਤਰ੍ਹਾਂ ਫੈਲ ਰਹੀ ਆ। ਵੇਖੋ ਵੇਖੋ ਫੇਸਬੁੱਕ 'ਤੇ ਖਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 55,000 ਤੋਂ ਜ਼ਿਆਦਾ ਸ਼ੇਅਰ ਮਿਲ ਚੁੱਕੇ ਨੇ। ਵੀ ਇਸ ਵੀਡੀਓ ਨੂੰ ਸੁਬੀਰ ਖਾਨ ਨਾਂ ਦੇ ਸ਼ਖਸ ਨੇ ਅਪਲੋਡ ਕੀਤਾ ਹੈ। ਇਸਦਾ ਕੈਪਸ਼ਨ ਉਹਨਾਂ ਨੇ ਬੰਗਲਾ ਭਾਸ਼ਾ ਵਿੱਚ ਲਿਖਿਆ ਹੈ ਕਿ ਬਿਲਕੁਲ ਵੀ ਹੱਸੋ ਨਾ, ਅੱਜ ਸਵੇਰੇ ਮੈਂ ਅਤੇ ਬਾਘਾ ਸੰਗੀਤ ਪ੍ਰੈਕਟਿਸ ਕਰ ਰਹੇ ਹਾਂ। ਆਹ ਵੇਖ ਲਓ ਵੀ ਕੀ ਕੁਛ ਹੋਈ ਜਾਂਦਾ ਨਾ ਸੋਸ਼ਲ ਮੀਡੀਆ 'ਤੇ। ਉਹ ਕਿੱਥੇ ਵੀ ਮੇਰੀ ਜਲੇਬੀ ਆ, ਕਿੱਥੇ ਆ ਉਹ ਮੇਰੀ ਬਲਫੀ, ਕਿੱਥੇ ਆ? 10 ਦਿਨ 'ਚ ਪੁੱਛ ਲਈ 12-13 ਬਰਸਾ, ਉਸ ਤੋਂ ਬਾਅਦ ਤਾਂ ਬੇਬੇ ਨੂੰ ਪੁੱਛਣਾ ਨਹੀਂ ਹੈ ਇਹਨਾਂ ਨੇ। ਬੇਬੇ ਜਿੱਦਣ ਚੱਲ ਗਈ ਨਾ, ਜਿੱਦਣ ਬੇਬੇ ਨੇ ਆ ਮੰਜੀ ਛੱਡਤੀ, ਉਦੋਂ ਤੁਹਾਨੂੰ ਪਤਾ ਲੱਗੂ ਆਟੇ ਦਾਲ ਦਾ ਭਾਅ। ਇਹਨਾਂ ਨੂੰ ਤਾਂ ਭਾਅ ਵੀ ਨਹੀਂ ਪਤਾ ਬੇਬੇ ਜਾਂਦੀ ਹੈ ਲੈਣ ਦੇ ਲਈ। ਹੁਣ ਬੇਬੇ ਨੇ ਤਾਂ ਬਸ ਇੰਨਾ ਸੋਚ ਲਿਆ ਕਿ ਬੇਬੇ ਨੇ ਆਪਣਾ ਹੀ ਸੋਚਣਾ, ਟੱਬਰ ਦਾ ਨਹੀਂ ਸੋਚਣਾ, ਕਪੱਤਾ ਟੱਬਰ ਸੋਚਦਾ ਹੀ ਨਹੀਂ। ਉੱਦਾਂ ਤਾਂ ਬੇਬੇ ਕਿਸੇ ਨੂੰ ਕਸਕਣ ਨਹੀਂ ਦਿੰਦੀ, ਪਰ ਇਹ ਟੱਬਰ ਦਾ ਵੀ ਹੁਣ ਇਲਾਜ ਜਿਹੜਾ ਆ ਨਾ ਕਰਕੇ ਰਹੋ। ਆਹ ਮੇਕਅਪਾਂ ਕਰਕੇ ਜਿਹੜੀਆਂ ਪਹੁੰਚੀਆਂ ਹੁੰਦੀਆਂ ਨਾ ਚੌਥੇ ਦਿਨ ਬਿਊਟੀ ਪਾਰਲਰਾਂ, ਅਤੇ ਘਰ ਦੇ ਕੰਮ ਵੱਲ ਧਿਆਨ ਨਹੀਂ ਹੈਗਾ, ਇਹਨਾਂ ਨੂੰ ਮੈਂ ਦੱਸਦੀ ਹਾਂ ਇਹਨਾਂ ਦੀ ਖਲਾਸੀ ਕਰਦੀ ਹਾਂ ਮੈਂ ਚੰਗੀ ਤਰ੍ਹਾਂ। ਤੁਸੀਂ ਬ੍ਰੇਕ ਲਓ, ਮੈਂ ਜਰਾ ਜਾ ਕੇ ਆਈ ਇੱਧਰ। ਵੈਸੇ ਮੈਂ ਦੇਖਿਆ ਸਿਰਫ ਪੰਜਾਬ 'ਚ ਨਹੀਂ ਪੂਰੇ ਭਾਰਤ 'ਚ ਆ, ਵੀ ਜਿੱਥੇ ਨਾ ਬੰਦਿਆਂ ਨੂੰ ਸੁਸੂ ਲੱਗਦੀ ਆ, ਸੁਸੂ ਆਉਂਦੀ ਆ, ਉੱਥੇ ਸ਼ੂਸ਼ੂ ਕਰਨ ਬਹਿ ਜਾਂਦੇ ਹੈਗੇ ਆ। ਕੋਈ ਤਰੀਕਾ ਥੋੜ੍ਹੀ ਆ ਵੀ ਆਸ ਪਾਸ ਦੇਖ ਲਓ, ਕੋਈ ਜਨਾਨੀ ਆ, ਕੋਈ ਬੱਚਾ ਆ, ਤੁਸੀਂ ਆ ਜਿਹੜੀਆਂ ਪਬਲਿਕ ਪ੍ਰਾਪਰਟੀ ਜਿਹੜੀ ਆ ਉਹ ਖਰਾਬ ਕਰ ਦਿਓ ਤੁਸੀਂ, ਆ ਚੰਗਾ ਲੱਗਦਾ ਕੋਈ? ਉੱਤੋਂ ਬੋ ਆਉਂਦੀ, ਇਨਫੈਕਸ਼ਨ ਹੁੰਦੀ, ਕਿੰਨਾ ਗੰਦਾ ਲੱਗਦਾ ਹੈਗਾ। ਜੇ ਤੁਹਾਡੇ ਘਰ ਦੇ ਬਾਹਰ ਕੋਈ ਇੱਦਾਂ ਕਰਕੇ ਜਾਏ ਫਿਰ? ਕੋਈ ਜ਼ਿੰਮੇਵਾਰੀ ਨਾਂ ਦੀ ਚੀਜ਼ ਹੁੰਦੀ ਆ ਨਹੀਂ ਹੁੰਦੀ? ਇਹਦੇ ਕਰਕੇ ਨਾ, ਇਹਨਾਂ ਕਰਤੂਤਾਂ ਕਰਕੇ ਨਾ ਬੰਗਲੁਰੂ ਪੁਲਿਸ ਨੇ ਨਾ ਇੱਕ ਬੜਾ ਹੀ ਸ਼ਾਨਦਾਰ ਤਰੀਕਾ ਅਪਣਾਇਆ ਹੈਗਾ ਆ। ਬੰਗਲੁਰੂ ਪੁਲਿਸ ਨੇ ਪਤਾ ਕੀ ਕੀਤਾ ਆ, ਉਹਨਾਂ ਨੇ ਨਾ ਸਾਹਮਣੇ ਨਾ ਸੀਸੇ ਲਾ ਤੇ ਆ, ਲਾਓ ਹੁਣ ਕਰੋ ਸੁਸੂ, ਸੀਸੇ ਲੱਗਣਗੇ ਸਾਹਮਣੇ, ਉਹ ਪਿਛਲਾ ਬੰਦਾ ਵੀ ਵੇਖੇਗਾ, ਤੁਸੀਂ ਆਪਣੇ ਆਪ ਨੂੰ ਵੀ ਵੇਖੋਗੇ, ਸ਼ਰਮ ਤੇ ਆਊ ਕਿ ਨਹੀਂ ਆਊ, ਸੇਮ ਸੇਮ ਹੋਜੂ। ਤਾਂ ਕਰਕੇ ਇਸ ਗੱਲ ਨੂੰ ਬਿਲਕੁਲ ਧਿਆਨ ਨਾਲ ਇਹ ਗੱਲ ਯਕੀਨੀ ਬਣਾਈ ਗਈ ਆ, ਸੀਸਾ ਲਾ ਕੇ ਕਿ ਬਾਈ ਜੀ, ਬਾਈ ਜੀ ਇੱਥੇ ਨਹੀਂ ਸੁਸੂ ਕਰਨਾ, ਜਹਾਂ ਸੁਸੂ ਕਰਨਾ ਮਨਾ ਹੈ। ਦਿਸ ਇਜ਼ ਐਜ਼ ਪਾਰਟ ਆਫ ਸਵੱਛ ਸਰਵੇਕਸ਼ਨ 2020,
What we wanted to do was to eliminate the public urination spots which are there. And when we were sitting and discussing how we can go about doing this, we found that in spite of our repeatedly cleaning those black spots, those continued to be used as public urinals by the people. So then we hit upon the idea that there is a need for people to, you know, told not to use these places as public urinals. And that's when we came up, hit upon the idea of having a mirror to say, to prevent them from, you know, using that place as a urinal. And in addition to that, what we have given is that we have given a QR code which will give the nearest toilet, public toilet, which is available for them to use. अब हम खाएंगे स्वादी स्वादी पास्ता, स्वादी स्वादी पास्ता भी, पास्ता खाओगे ना आप बड़ा ते फिर न्याल हो जाओगे भी, इन्ना स्वादी बिच दूध भी आ, क्रीम भी आ, चीज भी आ, है कि चीज बनूगी तू ही सोच नहीं सकते, इन्ना ने ता हिलना नहीं है ना, इन्ना दी किस्मत आज नहीं पास्ते ता बेबे बनाऊ जा छिंदी दे बापू तो बनवाऊ पास्ता ते फेर ता नुखबाऊ सिखना ਪਰ ਪਹਿਲਾਂ ਪ੍ਰੋਮਿਸ ਕਰੋ ਬੇਬੇ ਨਾਲ ਕੇ ਵੀ ਬੇਬੇ ਨੂੰ ਵੀ ਖਵਾਓਗੇ, ਬੇਬੇ ਨੂੰ ਵੀ ਆਹ ਵਾਲਾ ਪਾਸਤਾ ਬਹੁਤ ਪਸੰਦ ਆ, ਫਿਰ ਵੈੱਜ ਬਣਾਓ ਨੋਨ ਵੈੱਜ ਬਣਾਓ, ਜਿਵੇਂ ਬੇਬੇ ਤਾਂ ਨੋਨ ਵੈੱਜ ਖਾਂਦੀ ਨਹੀਂ, ਬੇਬੇ ਖਾਂਦੀ ਆ ਵੈੱਜ, ਅਤੇ ਫਿਰ ਬੇਬੇ ਵੈੱਜ ਖਾਓ, ਤੁਸੀਂ ਨੋਨ ਵੈੱਜ ਖਾਓ ਜਾਂ ਵੈੱਜ ਖਾਓ ਤੁਹਾਡੀ ਮਰਜ਼ੀ ਹੈਗੀ ਆ। ਸੋ ਪਾਸਤਾ ਸਾਡਾ ਇਹੀ ਰਾਸਤਾ, ਚਲੋ ਸਿੱਖੀਏ। ਅੱਜ ਫਿਰ ਤੁਹਾਨੂੰ ਛਿੰਦੀ ਦਾ ਬਾਪੂ ਸਿਖਾਓ ਪਾਸਤਾ ਬਣਾਉਣਾ, ਉਹ ਵੀ ਸਿਟੀ ਸੌਸ 'ਚ, ਜਾਣੀ ਕਿ ਬੈਟ ਸੌਸ 'ਚ। ਓਏ ਬੜਾ ਸਵਾਦ ਹੁੰਦਾ ਵੀ, ਔਖਾ ਵੀ ਨਹੀਂ ਬਾਹਲਾ। ਕੜਾਹੀ ਰੱਖੋ, 2 ਲੀਟਰ ਪਾਣੀ ਪਾਉਣਾ ਅਤੇ 700 ਗ੍ਰਾਮ ਪਾਸਤਾ। ਪਹਿਲਾਂ ਪਾਓ ਲੂਣ, ਉਬਲ ਆਉਣ ਤੱਕ ਢੱਕ ਕੇ ਪਕਾਓ। ਹੁਣ ਪਾਉਣਾ ਆ ਪਾਸਤਾ, ਜੀ ਹੈ ਤਾਂ 1 ਚਮਚ ਕੁਕਿੰਗ ਓਇਲ ਪਾ ਲਓ ਵਿੱਚ, ਵਰਨਾ ਇਸ ਲੋੜ ਨਹੀਂ ਹੈਗੀ, ਉੱਦਾਂ ਹੀ ਵੱਖਰਾ ਵੱਖਰਾ ਜਿਹਾ ਹੀ ਬਣਦਾ ਹੈਗਾ। 10-12 ਮਿੰਟ ਪਕਾਉਣਾ ਹੋਏਗਾ ਵੀ, 2-3 ਵਾਰੀ ਵਿੱਚ ਕੜਸੀ ਵੀ ਮਾਰ ਲੈਣੀ ਜੇ। 80% ਪੱਕ ਗਿਆ ਅਜੇ, ਆਹ ਵੇਖੋ ਵੀ ਇੰਨਾ ਹੀ ਪੱਕਣਾ ਚਾਹੀਦਾ, ਇਹ ਜ਼ਿਆਦਾ ਨਹੀਂ। ਆ ਵਿੱਚ ਨਾ ਇਹਦੇ ਇਹ ਚਿੱਟੀ ਜਿਹੀ ਲਾਈਨ ਹੋਣੀ ਜ਼ਰੂਰੀ ਆ। ਹੁਣ ਲਾ ਲਓ ਪਾਸਤਾ ਥੱਲੇ, ਪਾਣੀ ਕੱਢ ਲੈਣਾ। ਹੁਣ ਠੰਡਾ ਪਾਣੀ ਪਾ ਲੈਣਾ ਤਾਂ ਕਿ ਵੱਖਰਾ ਵੱਖਰਾ ਬਣੇ ਪਾਸਤਾ। ਕੜਾਹੀ ਫਿਰ ਚੜਾਓ, ਆਲਿਵ ਆਇਲ ਪਾਓ ਜਾਂ ਕੋਈ ਵੀ ਪਾਓ, ਅੱਜ ਕੱਲ੍ਹ ਜਿਹੜੀਆਂ ਹੋਰ ਵੀ ਉਰੇ ਪਰੇ ਜੇ ਆਇਲ ਯੂਜ਼ ਕਰਦੀਆਂ ਨੇ ਵੀ, ਵਧੀਆ ਜਾਂ ਕੋਈ ਆਇਲ ਪਾ ਲਓ, ਲਸਣ ਪਾ ਲਓ। ਹੁਣ ਸਿਕਨ ਪਾ ਲਓ, ਉਹ ਤਾਂ ਬੇਬੀ ਨਹੀਂ ਖਾਂਦੀ ਸਿਕਨ, ਪਰ ਜਿਹੜੇ ਖਾਂਦੇ ਆ ਇਹ ਉਹਨਾਂ ਵਾਸਤੇ ਆ। ਤੁਸੀਂ ਇਕੱਲੀਆਂ ਸਬਜ਼ੀਆਂ ਵੀ ਪਾ ਸਕਦੇ ਹੋ ਜਿਹਨੇ ਸਿਕਨ ਨਹੀਂ ਪਾਉਣਾ, ਹੈ ਨਾ। ਸਿਕਨ ਭੁੰਨਣਾ ਥੋੜ੍ਹਾ, ਲੂਣ ਪਾ ਲਓ, ਭੁੰਨੀ ਜਾਓ। ਹੁਣ ਮਰਜ਼ੀ ਦੀਆਂ ਸਬਜ਼ੀਆਂ ਪਾਓ, ਪਹਿਲਾਂ ਪਿਆਜ਼ ਪਾਓ ਵੀ, ਵੱਡੇ ਜਿਹੇ ਸਾਈਜ਼ ਦਾ ਕੱਟ ਕੇ ਪਾਉਣਾ ਹੈਗਾ। ਫਿਰ ਗਾਜਰ ਵੀ, ਸਵੀਟ ਕੋਰਨ ਵੀ ਪੈਂਦੀ ਆ ਪਰ ਮੇਰੀ ਮੁੱਕੀ ਹੋਈ ਆ ਵੀ, ਤਾਂ ਨਹੀਂ ਪਾਉਣੀ ਮੈਂ। ਹੁਣ ਇਹਨੂੰ ਸੌਫਟ ਹੋਣ ਦਿਉ, ਜ਼ਿਆਦਾ ਨਹੀਂ ਭੁੰਨਣਾ। ਹੁਣ ਸ਼ਿਮਲਾ ਮਿਰਚ ਪਾ ਦਿਉ, ਮੈਂ ਤਾਂ ਨਾ 3 ਰੰਗਾਂ ਦੀ ਸ਼ਿਮਲਾ ਮਿਰਚ ਲੈ ਕੇ ਆਉਂਦੀ ਸੀ ਅਤੇ ਹੁਣ ਨਾ ਪਾਈ ਜਾਂਦੇ ਆ ਵੀ, ਆਹ ਨਾ ਚੰਗੀ ਗੱਲ ਆ ਵੀ, ਰੰਗ ਬਿਰੰਗਾ ਪਾਸਤਾ ਵਧੀਆ ਲੱਗਦਾ, ਤੁਸੀਂ ਭਾਵੇਂ ਇਕੱਲੀ ਪਾ ਲਓ ਵੀ, ਬੇਬੇ ਨੂੰ ਤਾਂ ਉੱਦਾਂ ਰੰਗ ਚੰਗੇ ਲੱਗਦੇ ਆ ਤਾਂ ਲੈ ਕੇ ਆਈ ਵੀ 3 ਰੰਗਾਂ ਦੇ। ਹੁਣ ਨਾ ਤੁਹਾਨੂੰ ਪਤਾ ਹੈ ਨਾ ਹੁੰਦੀਆਂ ਆ ਉਹ ਮਿਕਸਡ ਹਰਬੀਆਂ, ਉਹ ਮਿਕਸਡ ਹਰਬ ਉਹ ਪਾ ਲੈਣੀਆਂ। ਫਿਰ ਦਰਦਰੀ ਜੀ ਮਿਰਚ ਕੁੱਟੀ ਹੋਈ ਪਾ ਲੈਣੀ, ਥੋੜ੍ਹੀ ਕਾਲੀ ਮਿਰਚ ਪਾ ਲੈਣੀ। ਸਬਜ਼ੀਆਂ ਨੂੰ ਜ਼ਿਆਦਾ ਨਹੀਂ ਪਕਾਉਣਾ, ਪਹਿਲਾਂ ਹੀ ਕਹਿ ਦਿੱਤਾ ਮੈਂ, ਲਾ ਲਓ ਥੱਲੇ। ਹੁਣ ਬੈਟ ਸੌਸ ਤਿਆਰ ਕਰਨੀ ਆ ਆਪਾਂ। ਫਿਰ ਚੜਾਓ ਕੜਾਈ ਅਤੇ ਹਲਕੀ ਫਲੇਮ ਰੱਖਿਓ, ਆਂਚ ਹਲਕੀ ਹੋਣੀ ਚਾਹੀਦੀ ਆ। 6 ਚਮਚ ਨਾ ਮੱਖਣ ਪਾ ਲੈਣੇ ਵੀ, ਮੱਖਣ ਨੂੰ ਪਗਾਲਣਾ ਆ, ਪਕਾਉਣਾ ਨਹੀਂ। 6 ਚਮਚੀ ਮੈਦਾ ਪਾ ਲੈਣਾ ਵੀ, ਹਲਕਾ ਜਿਹਾ ਭੁੰਨਾ, ਇਹਦਾ ਪੇਸਟ ਬਣਨਾ। ਹੁਣ ਦੁੱਧ ਪਾਉਣਾ ਥੋੜ੍ਹਾ ਥੋੜ੍ਹਾ ਕਰਕੇ,
ਵੀ ਬਿਸਕ ਕਰਦੇ ਰਹੋ ਬਿਸਕ, ਗੋਲੀਆਂ ਨਹੀਂ ਬਣਨੀਆਂ ਚਾਹੀਦੀਆਂ ਜਮਾ ਵੀ, ਨਹੀਂ ਤੇ ਪਾਸਤਾ ਨਹੀਂ ਵਧੀਆ ਬਣਦਾ, ਕਿਲੋ ਕੁ ਦੁੱਧ ਲੱਗ ਹੀ ਜਾਂਦਾ। ਹੁਣ ਠੀਕ ਆ ਵੀ ਕੋਈ ਗੋਲੀ ਨਹੀਂ ਬਣੀ, ਚੈਰ ਸਲੈਸ ਪਾ ਲੈਣੇ ਚੀਜ਼ ਦੇ, ਹੁਣ ਉਬਾਲੀ ਆਣ ਦਿਓ। ਜਿਵੇਂ ਸਬਜ਼ੀਆਂ 'ਚ ਮਸਾਲੇ ਪਾਏ ਸੀ ਨਾ, ਉੱਦਾਂ ਹੀ ਪਾਉਣਾ ਫਿਰ ਤੋਂ, ਲੂਣ, ਮਿਰਚ, ਮਿਕਸਡ ਹਰਬੀਆਂ, ਕਾਲੀ ਮਿਰਚ, ਸਾਰਾ ਕੁਛ, ਅਤੇ ਕੜਛੀ 'ਚ ਲਾਉਂਦੇ ਰਹਿਣਾ। ਇਸ ਤਰ੍ਹਾਂ ਨਾ ਪੇਸਟ ਜੀ ਬਣ ਜਾਓ। ਜੇ ਤੁਹਾਨੂੰ ਸੌਸ ਗਾੜੀ ਲੱਗਦੀ ਆ ਨਾ, ਤਾਂ ਥੋੜ੍ਹਾ ਦੁੱਧ ਗਰਮ ਕਰਕੇ ਪਾ ਸਕਦੇ ਹੋ। ਹੁਣ ਪਾਸਤਾ ਪਾਉਣਾ, ਰਲਾ ਲੈਣਾ, ਅਤੇ ਹੁਣ 3-4 ਬੈਜਿਸ ਵੀ ਪਾ ਲੈਣੀਆਂ, ਅਤੇ ਹੁਣ 3-4 ਸਮਸ ਕਰੀਮ ਵੀ ਪਾ ਲੈਣੀ। ਵਾਹ ਵੀ ਵਾਹ, ਦੇਖੋ ਹਾਂ ਜਰਾ ਪਾਸਤੇ ਦੀ ਸਾਕਲ, ਇਸ ਤੋਂ ਸਵਾਦ ਹੋ ਸਕਦਾ ਕੁਛ, ਮਜ਼ਾ ਹੀ ਆ ਗਿਆ ਮੈਨੂੰ ਤਾਂ। ਓ ਹੁੱਲੇ ਹੁਲਾ ਰੇ ਹੁੱਲੇ 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 ਹੁਲੇ ਹੁਲਾ ਰੇ ਹੁੱਲੇ 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 ਹੁੱਲੇ। ਉਹ ਬੇਬੇ ਆਈ ਜਾਂਦੀ ਆ ਵੀ ਹੁਲੇ ਹੁਲਾਰੇ ਹੁੰਦੇ ਰਹਿਣ, ਬੇਬੇ ਆਈ ਜਾਂਦੀ ਆ ਕਿ ਜ਼ਿੰਦਗੀ ਜਿਹੜੀ ਆ ਨਾ ਉਹ ਬਹੁਤ ਸੋਹਣੀ ਬੀਤੇ, ਡਾਂਡੇ ਦੀ ਲੋੜ ਹੀ ਨਾ ਪਏ। ਵੀ ਬੇਬੇ ਜਾਂਦੀ ਇਹੀ ਹੈਗੀ ਆ, ਬੇਬੇ ਦਾ ਨਾ ਜੀ ਕਰਦਾ ਕਿ ਜੀ ਵੀ ਨਾ ਬੇਬੇ ਤੁਹਾਡੇ ਨਾਲ ਗੱਲਾਂ ਕਰਦੀ ਰਹੇ ਕਰਦੀ ਰਹੇ ਕਰਦੀ ਰਹੇ, ਅਤੇ ਆਹ ਜਿਹੜੀਆਂ ਆਹ ਹਾਸੀਆਂ ਖੇਡੀਆਂ ਵਾਲੀਆਂ ਕਬੱਤੀਆਂ ਜੀਆਂ ਵੀਡੀਓਜ਼ ਆ ਨਾ, ਆਹ ਵੀ ਚੱਲਦੀਆਂ ਰਹਿਣ, ਕਿਉਂਕਿ ਬੇਬੇ ਨੂੰ ਨਾ ਆਹ ਹਾਸੀਆਂ ਖੇਡੀਆਂ ਵਾਲੀਆਂ ਪਸੰਦ ਆ। ਵੀ ਉਹ ਕਿਹੜਾ ਸੀ, ਜ਼ਿੰਦਗੀ ਹਸਕੀ ਬਿਤਾਏਂਗੀ, ਹੌਲੀ ਦਿਲ ਗਾ ਕਿਸ ਨਾਏਂਗੀ, ਹਮ ਤੋ ਸੈਬਨ ਰੰਗ ਹੈ ਜੇ ਜਹਾਂ ਰੰਗੀ ਬਣਾਏਂਗੇ। ਓਏ ਓਏ ਓਏ, ਫਿਰ ਤੁਹਾਡੇ ਵਾਸਤੇ ਵੀਡੀਓ। ਪਾਪਾ ਤੁਸੀਂ ਮੇਰੇ ਨਾਲ ਝੂਠ ਬੋਲਿਆ। ਮੈਂ ਕਦਾ ਝੂਠ ਬੋਲਿਆ ਬੱਚੇ ਤੇਰੇ ਨਾਲ? ਤੁਸੀਂ ਮੈਨੂੰ ਕਿਹਾ ਹੈ ਮੇਰੀ ਛੋਟੀ ਭੈਣ ਪਰੀ ਹੈ। ਹਾਂ ਬੱਚੇ, ਉਹ ਐਂਜਲ ਹੈ। ਮੈਂ ਉਹਨੂੰ ਕੋਠੇ ਤੋਂ ਥੱਲੇ ਸੁੱਟਦਾ, ਉੱਡੀ ਕਿਉਂ ਨਹੀਂ? ਉਹ ਤੇਰੀ ਭੈਣ ਨੂੰ ਕਿੱਥੇ ਸੁੱਟਿਆ ਕੁੜੀ ਨੂੰ? ਓਏ ਕੋਠੇ ਥੱਲੇ ਉਹ ਚੱਲ। ਸਰ ਤੁਹਾਡੀ ਰਿਪੋਰਟ 'ਚ ਆਇਆ ਤੁਹਾਨੂੰ ਬ੍ਰੇਨ ਟਿਊਮਰ ਆ। ਲੱਗਦਾ ਬਿਮਾਰੀ ਸੁਣ ਕੇ ਪਾਗਲ ਹੋ ਗਿਆ। ਸਰ ਕੀ ਹੋ ਗਿਆ, ਹੱਸੀ ਜਾਂਦੇ ਹੋ? ਸਾਲਾ ਮੈਨੂੰ ਪਤਾ ਹੀ ਅੱਜ ਲੱਗਾ ਮੇਰੇ ਕੋ ਬ੍ਰੇਨ ਵੀ ਹੈਗਾ। ਬਾਬੂ ਹਾਂ, ਆ ਦੁੱਧ ਤਾਂ ਨੰਗਾ ਹੀ ਪਿਆ। ਓਏ ਦੁੱਧ ਜਾਂ ਨਹੀਂ ਕਰ ਪਾਈ ਹੁੰਦੀ ਆ, ਬਕਵਾਸ ਕਰੀ ਜਾਂਦਾ। ਭਾਈ ਕੀ ਕਰੀਏ, ਆਊਟ ਨਹੀਂ ਹੋਣ ਦਾ, ਕੋਈ ਹਿੱਟ ਵਟਾ ਮਾਰ ਦੇ। ਮਾਰਿਆ ਸੀ ਉੱਤੇ ਵੀ ਛਕਾ ਵੱਜਿਆ, ਮੂੰਹ ਤੇ ਮਾਰ ਦੇ। ਮੈਚ ਤੋਂ ਪਹਿਲੇ ਗੱਲ ਹੋਈ ਸੀ ਜਲਦੀ ਆਊਟ ਹੋਣਾ, ਤੇ ਇੱਥੇ ਆ ਕੇ ਸਾਡੇ ਮਗਰੋਂ ਨਹੀਂ ਲੈਂਦੇ ਪਏ, ਯਾਦ ਰੱਖਣਾ। ਉਹ ਕੀ ਗੱਲ ਹੋ ਗਈ ਬਾਈ, ਬੜਾ ਪਰੇਸ਼ਾਨ ਆ। ਓ ਯਾਰ ਅੱਜ ਸਾਲਾ ਦਿਨ ਹੀ ਖਰਾਬ ਆ, ਮੈਂ ਮੂਵੀ ਦੇਖਣ ਥੀਏਟਰ ਗਿਆ ਸੀ, ਉੱਥੇ ਬੰਦੇ ਵੱਢੀ ਜਾਂਦੇ ਸੀ। ਅੱਛਾ, ਕਿਹੜੇ ਥੀਏਟਰ ਗਿਆ ਸੀ? ਮੈਂ ਆਪਰੇਸ਼ਨ ਥੀਏਟਰ ਗਿਆ ਸੀ। ਕਰਿਆਨੇ ਦੀ ਦੁਕਾਨ ਤੋਂ ਦੋ ਘਿਓ ਦੇ ਡੱਬੇ ਚੁੱਕ ਕੇ ਭੱਜ ਗਿਆ। ਉਹਨਾਂ ਫੜ ਕੇ ਲੰਮੇ ਪਾ ਕੇ ਮਾਰਿਆ ਕੁੱਟਿਆ, ਕਹਿੰਦਾ ਮੈਂ ਚੋਰੀ ਥੋੜੀ ਕੀਤੀ, ਮੈਂ ਤਾਂ ਘਰ ਜਾ ਕੇ ਅੰਮੀ ਨੂੰ ਮਹਾਉਣਾ ਸੀ ਵੀ ਆ ਲੈਣਾਗੇ ਆ। ਤੂੰ ਪੀਣੀ ਚਾਹ? ਮੈਂ ਚਾਹ ਨਹੀਂ ਪੀਂਦਾ। ਤੇ ਜਾ ਫਿਰ ਇੱਥੇ ਅੰਬਲਾ ਨੂੰ ਖੜਾ। ਸ਼ਾਬਾਸ਼, ਸੀਨਾ ਬਾਹਰ ਨਿਕਾਲੋ ਔਰ ਨਿਕਾਲੋ ਔਰ ਨਿਕਾਲੋ ਔਰ ਨਿਕਾਲੋ। ਮੈਂ ਕੱਟ ਕੇ ਬਾਹਰ ਰੱਖ ਦੇ। ਇੱਕ ਸੀੜੀ ਆ ਅਨੇਕ ਸੀੜੀ ਆ, ਤੁਹਾਨੂੰ ਪਤਾ ਜਦੋਂ ਨਾ ਭਾਰਤ 'ਚ ਨਾ ਦੂਰਦਰਸ਼ਨ 'ਤੇ ਨਾ ਆ ਇੱਕ ਸੀੜੀ ਆ ਅਨੇਕ ਸੀੜੀ ਆ, ਤੁਹਾਨੂੰ ਵੀ ਯਾਦ ਹੋਣਾ ਹੁੰਦਾ ਹੁੰਦਾ ਸੀ ਪਹਿਲਾਂ ਦੂਰਦਰਸ਼ਨ 'ਤੇ, ਇਹ ਮੈਨੂੰ ਬੜਾ ਵਧੀਆ ਲੱਗਦਾ ਸੀ। ਦਾਨੋ ਸੁਗਨੇ ਆਈ ਸੀੜੀ ਆ ਇੱਕ ਸੀੜੀ ਆ, ਆ ਇੰਨਾ ਵਧੀਆ ਲੱਗਦਾ ਸੀ ਨਾ, ਇੰਨਾ ਘੈਂਟ ਲੱਗਦਾ ਸੀ ਨਾ। ਮੈਂ ਅਜੇ ਵੀ ਸਵੇਰੇ ਗਾਈ ਜਾਂਦੀ ਸੀ, ਸਵੇਰੇ ਬਾਥਰੂਮ 'ਚ ਵੀ ਮੈਂ ਆਹੀ ਗਾਈ ਜਾਂਦੀ ਸੀ। ਉਹ ਬੇਬੇ ਜਿੰਨੀ ਦੇਰ ਤੱਕ ਬਾਥਰੂਮ 'ਚ ਗਾਣਾ ਨਹੀਂ ਗਾ ਲੈਂਦੀ ਨਾ, ਬੇਬੇ ਨੂੰ ਸਾਹ ਹੀ ਨਹੀਂ ਆਉਂਦਾ, ਬੇਬੇ ਤਾਂ ਸਾਹ ਘੁੱਟਣਾ ਸ਼ੁਰੂ ਹੋ ਜਾਂਦਾ ਹੈਗਾ। ਅਤੇ ਫਿਰ ਗੱਲ ਇੱਥੇ ਇੰਟਰਟੇਨਮੈਂਟ ਦੀ ਹੈਗੀ ਆ, ਗੱਲ ਇੱਥੇ ਸੱਚ ਬੋਲਣ ਦੀ ਹੈਗੀ ਆ, ਹੈ ਨਾ। ਗੱਲ ਇੱਥੇ ਹੈਗੀ ਆ ਕਿ ਜ਼ਿੰਦਗੀ ਇੱਦਾਂ ਜੀਏ, ਇੱਦਾਂ ਜੀਏ, ਇੱਦਾਂ ਜੀਏ ਕਿ ਜ਼ਿੰਦਗੀ ਗਾਵੇ ਤੁਸੀਂ ਕਿ ਮੈਨੂੰ ਜੀਣਾ, ਮੈਂ ਤੈਨੂੰ ਜੀ ਲੈਂਦੀ ਹਾਂ। ਆਏ ਕੀ ਗੱਲ ਬਣੀ ਨਾ, ਬਸ ਕੱਲ੍ਹ ਫਿਰ ਆਪਾਂ ਆਉਣਾ, ਕੱਲ੍ਹ ਫਿਰ ਆਪਾਂ ਗੱਲਾਂ ਬਣਾਉਣੀਆਂ, ਕੱਲ੍ਹ ਫਿਰ ਆਪਾਂ ਖਬਰਾਂ ਲੈ ਕੇ ਆਉਣਾ, ਕੱਲ੍ਹ ਫਿਰ ਆਪਾਂ ਹਾਸੀਆਂ ਖੇਡੀਆਂ ਕਰਨੀਆਂ। ਬਾਲਾ ਕੰਮ ਆ ਕਰਨ ਵਾਲਾ,
ਬਾਲਾ ਕੰਮ ਕਰਨ ਵਾਲਾ ਪਰ ਮਜ਼ੇਦਾਰ ਕੰਮ ਆ ਨਾ, ਫਿਰ ਕੱਲ੍ਹ ਨੂੰ ਮਿਲਦੇ ਹਾਂ, ਸਤਿ ਸ਼੍ਰੀ ਅਕਾਲ।